ਦਿੱਲੀ ਕਿਸਾਨ ਮੋਰਚੇ ਦੀ ਯਾਦ ਵਿੱਚ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਧੂਰੀ ਵਿਖੇ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਦਿੱਲੀ ਕਿਸਾਨ ਮੋਰਚੇ ਦੀ ਯਾਦ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਗਿਆ ਹੈ ਅਤੇ ਪੂਰੇ ਪੰਜਾਬ ਵਿੱਚ ਅਜਿਹੇ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਅਜੇ ਵੀ ਅਧੂਰੀਆਂ ਪਈਆਂ ਹਨ। ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਉਚਿਤ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਉਹ ਇਹ ਟਰੈਕਟਰ ਮਾਰਚ ਕੱਢ ਰਹੇ ਹਨ ਅਤੇ ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਜਲਦ ਹੀ ਉਹ ਚੰਡੀਗੜ੍ਹ ਵਿਖੇ ਵਿਸ਼ਾਲ ਧਰਨਾ ਦੇਣਗੇ। ਇਹ ਜਿਹੜਾ ਟਰੈਕਟਰ ਮਾਰਚ ਕੱਢ ਰਹੇ ਹਾਂ ਜੀ, ਜਿਵੇਂ ਅਸੀਂ ਦਿੱਲੀ ਦੇ ਵਿੱਚ 26 ਤਰੀਕ ਨੂੰ ਟਰੈਕਟਰਾਂ ਦੀ ਪਰੇਡ ਕੀਤੀ ਸੀ, ਇਸੇ ਤਰ੍ਹਾਂ ਅੱਜ ਵੀ ਅਸੀਂ 26 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਬਲਾਕ ਪੱਧਰੇ ਪ੍ਰੋਗਰਾਮ ਕੀਤੇ ਜਾ ਰਹੇ ਨੇ। ਟਰੈਕਟਰਾਂ ਦਾ ਮਤਲਬ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਸੈਂਟਰ ਸਰਕਾਰ ਦੇ ਵਿੱਚ ਬੇਸ਼ੱਕ ਅਸੀਂ 3 ਕਾਨੂੰਨ ਕਾਲੇ ਕਾਨੂੰਨ ਵਾਪਸ ਕਰਵਾਏ ਆਏ, ਪਰ ਉਹਦੇ ਵਿੱਚ ਰਹਿੰਦੀਆਂ ਮੁੱਖ ਮੰਗਾਂ ਜੋ ਸਰਕਾਰ ਨੇ ਹਜੇ MFC 'ਤੇ ਜਦੋਂ ਕਾਨੂੰਨ ਲਾਗੂ ਕਰੋ ਜਾਂ ਹੋਰ ਕਿਸਾਨਾਂ ਨੂੰ ਜਿਹੜਾ ਸ਼ਹੀਦ ਹੋਏ ਨੇ ਕਿਸਾਨ ਪਰਿਵਾਰ ਨੂੰ ਨੌਕਰੀ ਮੁਆਵਜ਼ੇ ਦੀ ਗੱਲ ਹੈ ਔਰ ਗਰੀਬਾਂ ਕਿਸਾਨਾਂ ਜਿਹੜਾ ਪੈਨਸ਼ਨ ਹੈ ਉਹ ਲਾਗੂ ਕਰੋ, ਜੋ ਪੰਜਾਬ ਵਿੱਚ ਰਹਿੰਦੀਆਂ ਮੰਗਾਂ ਨੇ ਜਾਂ ਸੈਂਟਰ ਨਾਲ ਜੁੜਦੀਆਂ ਮੰਗਾਂ ਨੇ, ਉਹਦੇ ਵਾਸਤੇ ਅਸੀਂ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢ ਰਹੇ ਹਾਂ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰ ਆ ਕੇ ਪੱਕੇ ਮੋਰਚੇ ਲੱਗਣੇ ਨੇ ਇਹਨਾਂ ਮੰਗਾਂ ਨੂੰ ਲੈ ਕੇ। 10 ਤਰੀਕ ਨੂੰ ਉੱਥੇ ਐਲਾਨ ਕੀਤਾ ਜਾਣਾ ਜੋ ਅਗਲਾ ਪ੍ਰੋਗਰਾਮ ਹੈ, ਚਾਹੇ ਉਹ ਦਿੱਲੀ ਦਾ ਹੋਵੇ ਚਾਹੇ ਚੰਡੀਗੜ੍ਹ ਦਾ ਹੋਵੇ, ਜੋ ਰਹਿੰਦੀਆਂ ਮੰਗਾਂ ਨੇ ਕਿਉਂਕਿ ਸਰਕਾਰ ਨੇ ਮੂਹਰੇ ਵੋਟਾਂ ਲੈਣੀਆਂ ਨੇ, ਇਸ ਕਰਕੇ ਆਹ ਟਾਈਮ ਹੈ ਅੱਜ ਸਰਕਾਰ ਦੀ ਭੁਰਦੀ ਹੈ ਔਰ ਜੇ ਕਿਸਾਨਾਂ ਨੇ ਕੁਛ ਨਾ ਕੁਛ ਹਾਸਲ ਕਰਨਾ, ਇਸ ਕਰਕੇ ਇਹ ਝੰਡਾ ਆਪਣਾ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਯਾਦ ਕਰਕੇ ਆਉਣ ਵਾਲੇ ਟਾਈਮ ਜਿਹੜੇ ਸਾਡੇ ਪ੍ਰੋਗਰਾਮ ਨੇ ਉਹ ਵੱਡੀ ਪੱਧਰ 'ਤੇ ਕਰਕੇ ਸਰਕਾਰ ਨੂੰ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਅਸੀਂ ਲਾਗੂ ਕਰਵਾਉਣੀਆਂ ਨੇ। ਅੱਜ ਕਿੱਥੋਂ ਚੱਲ ਕੇ ਕਿੱਥੇ ਤੱਕ ਜਾ ਕੇ ਖਤਮ ਹੋ ਜਾਏ? ਅੱਜ ਇਹ ਅਸੀਂ ਇੱਥੋਂ ਚੱਲ ਕੇ 5-4 ਪਿੰਡ ਕੱਢਾਂਗੇ ਅਸੀਂ ਕਿਉਂਕਿ 2 ਵਜੇ ਅਸੀਂ ਸੰਗਰੂਰ ਪਹੁੰਚਣਾ। ਸੰਗਰੂਰ 2 ਬਲਾਕਾਂ ਦੇ ਇਕੱਠੇ ਟਰੈਕਟ ਕਰਕੇ ਸਾਰੇ ਸ਼ਹਿਰ ਦੇ ਆਲੇ ਦੁਆਲੇ ਟਰੈਕਟਰ ਮਾਰਚ ਕਰਕੇ ਫਿਰ ਅਸੀਂ ਦਾਣਾ ਮੰਡੀ ਦੇ ਵਿੱਚ ਉੱਥੇ ਇਕੱਠੇ ਹੋ ਕੇ ਸਾਡਾ ਸੂਬਾ ਪ੍ਰਧਾਨ ਆਗੂ ਆਊਗਾ ਜਗਿੰਦਰ ਸਿੰਘ ਰਾਹਾ, ਉਹਨੇ ਸਾਨੂੰ ਸਰਵ ਸੰਬੋਧਨ ਕਰਨਾ। ਇਸ ਕਰਕੇ ਅਸੀਂ ਸਾਰੇ 2 ਵਜੇ ਨੂੰ ਉੱਥੇ ਦਾਣਾ ਮੰਡੀ 'ਚ ਪਹੁੰਚਾਂਗੇ। ਹਰਪਾਲ ਸਿੰਘ ਪੇਦਨੀ, ਧੂਰੀ ਬਲਾਕ ਦਾ ਜਨਰਲ ਸਕੱਤਰ, ਅਤੇ ਅਸੀਂ ਅੱਜ ਜਿਹੜਾ ਇਹ
SDM ਸਾਹਿਬ ਦੇ ਦਫ਼ਤਰ ਤੋਂ ਅਸੀਂ ਤਾਂ ਸ਼ੁਰੂ ਕਰ ਰਹੇ ਹਾਂ ਟਰੈਕਟਰ ਮਾਰਚ ਆ ਜਿਹੜਾ, ਕਿਉਂਕਿ ਇਹ 26 ਜਨਵਰੀ ਨੂੰ ਪਹਿਲਾਂ ਦਿੱਲੀ ਦੇ ਵਿੱਚ ਵੀ ਮਨਾਇਆ ਗਿਆ ਅਤੇ ਉਸ ਨੂੰ ਅਸੀਂ ਯਾਦਗਾਰ ਕਰਦੇ ਹੋਏ ਹਾਂ ਅੱਜ ਇਸ ਨੂੰ ਅਸੀਂ ਫੇਰ ਦੁਬਾਰਾ 26 ਜਨਵਰੀ ਆ ਜਿਹੜੀ ਇਹ ਅਸੀਂ ਇਹ ਟਰੈਕਟਰ ਮਾਰਚ ਆ ਜਿਹੜਾ ਇਹ ਕਰ ਰਹੇ ਹਾਂ, ਕਿਉਂਕਿ ਸਰਕਾਰਾਂ ਨੇ ਸਾਡੇ ਨਾਲ ਜਿਹੜੀਆਂ ਸਾਡੀਆਂ ਮੰਗਾਂ ਤੀਆਂ ਅਧੂਰੀਆਂ ਪਈਆਂ ਨੇ, ਕਿਉਂਕਿ ਜਿਹੜਾ ਬਿਜਲੀ ਦਾ ਖੇਤਰ ਹੈ ਉਹਨੂੰ ਸਰਕਾਰ ਨਿੱਜੀਕਰਨ ਕਰਨ ਜਾ ਰਹੀ ਹੈ। ਅਸੀਂ ਕਹਿੰਦੇ ਵੀ ਇਹ ਨਿੱਜੀਕਰਨ ਨਹੀਂ ਹੋਣਾ ਚਾਹੀਦਾ, ਵੀ ਇਹ ਬੰਦ ਹੋਣਾ ਚਾਹੀਦਾ, ਸਰਕਾਰੀ ਰਹਿਣਾ ਚਾਹੀਦਾ, ਤਾਂ ਕਿ ਸਾਡੇ ਜਿੰਨੇ ਵੀ ਲੋਕ ਨੇ ਵੀ ਉਹ ਇਸ ਦਾ ਜੋ ਸਰਕਾਰੀ ਦਫ਼ਤਰ ਹੈ ਇਹਦਾ ਸੁੱਖ ਲੈ ਸਕਣ। ਜੇ ਸਰਕਾਰ ਪ੍ਰਾਈਵੇਟ ਕਰਦੀ ਹੈ ਤਾਂ ਸਾਨੂੰ ਪਤਾ ਹੈ ਵੀ ਇਸ ਸਾਡੀ ਲੁੱਟ ਬਹੁਤ ਜ਼ਿਆਦਾ ਹੋਣੀ ਹੈ। ਇਸ ਕਰਕੇ ਅਸੀਂ ਜਿਹੜੇ ਦਿੱਲੀ ਅੰਦੋਲਨ ਦੇ ਸ਼ਹੀਦ ਨੇ ਉਹਨਾਂ ਦੇ ਵਾਰਸਾਂ ਨੂੰ ਜਿਹੜਿਆਂ ਨੂੰ ਮੁਆਵਜ਼ਾ ਨਹੀਂ ਮਿਲਿਆ, ਅਸੀਂ ਉਹਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ। ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਨੌਕਰੀਆਂ ਨੇ ਉਹ ਸਰਕਾਰ ਨੇ ਕਿਹਾ ਸੀ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ। ਸਾਮਰਾਜ ਆਰਥਿਕ ਨੀਤੀਆਂ ਨੇ ਜਿਹੜੀਆਂ ਉਹ ਸਾਰੀਆਂ ਰੱਦ ਹੋਣੀਆਂ ਚਾਹੀਦੀਆਂ ਨੇ। ਇਹ ਸਾਡੀਆਂ ਮੰਗਾਂ ਨੇ। ਸਾਰੀਆਂ ਫਸਲਾਂ ਦੀ ਅਸੀਂ ਲਾਭਪਾਤਰੀ ਚਾਹੁੰਦੇ ਹਾਂ, ਕਿਉਂਕਿ ਸਾਰੀਆਂ ਫਸਲਾਂ 'ਤੇ ਜੇ ਸਾਨੂੰ MSP ਮਿਲੇ ਤਾਂ ਜਿਹੜੇ ਸਾਨੂੰ ਝੋਨੇ ਵਰਗੀਆਂ ਫਸਲਾਂ ਨੇ ਜਾਂ ਕਣਕ ਵਰਗੀਆਂ ਫਸਲਾਂ ਨੇ ਤਾਂ ਇਹਨਾਂ ਫਸਲਾਂ ਤੋਂ ਸਾਡਾ ਛੁਟਕਾਰਾ ਹੋਵੇ, ਜਾਂ ਇਹਨਾਂ ਫਸਲਾਂ ਨਾਲ ਸਾਡਾ ਨੁਕਸਾਨ ਵੀ ਹੋ ਰਿਹਾ। ਇਸ ਕਰਕੇ ਅਸੀਂ ਇਹ ਚੀਜ਼ਾਂ ਭਾਲ ਰਹੇ ਹਾਂ ਅਤੇ ਗਰੀਬ ਕਿਸਾਨਾਂ ਮਜ਼ਦੂਰਾਂ ਦਾ ਅਨਾਜ ਸੁਰੱਖਿਅਤ ਹੈ ਜਿਹੜਾ ਉਹ ਜਨਤਕ ਵੰਡ ਪ੍ਰਣਾਲੀ ਰਾਹੀਂ ਉਹ ਮਜ਼ਬੂਤ ਕੀਤਾ ਜਾਵੇ। ਅਤੇ ਅਗਲੀ ਮੰਗ ਹੈ ਜਿਹੜੀ ਸਾਡੀ ਉਹ ਹੈਗੀ WTO ਤੋਂ ਵੀ ਬਾਹਰ ਆਓ, ਅਤੇ ਇਸ ਤੋਂ ਅਗਾਂਹ ਸਮੂਹ ਕਿਸਾਨ ਮਜ਼ਦੂਰ ਦੀ ਬੁਢਾਪਾ ਪੈਨਸ਼ਨ ਹੈ ਜਿਹੜੀ, ਚਾਹੇ ਉਹ ਕਿਸਾਨ ਹੈ ਚਾਹੇ ਮਜ਼ਦੂਰ ਹੈ, ਉਹਨਾਂ ਦੀ ਬੁਢਾਪਾ ਪੈਨਸ਼ਨ ਹੈ ਜਿਹੜੀ ਉਹ ਸਾਰਿਆਂ ਦੀ ਲਾਗੂ ਹੋਣੀ ਚਾਹੀਦੀ ਹੈ। ਫਸਲੀ ਤਬਾਹੀ ਦੀ ਪੂਰੀ ਭਰਪਾਈ ਵਾਲੀ ਬੀਮਾ ਯੋਜਨਾ ਉਹ ਲਾਗੂ ਕਰਨੀ ਚਾਹੀਦੀ ਹੈ ਸਰਕਾਰ ਨੂੰ। ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਉਹ ਖਤਮ ਕਰਨੇ ਚਾਹੀਦੇ ਨੇ, ਕਿਉਂਕਿ ਜਿਵੇਂ ਰਾਮ ਮੰਦਿਰ ਹੈ, ਰਾਮ ਮੰਦਿਰ ਦੇ ਉੱਪਰ ਦੇਖੋ ਕਿੰਨੇ ਕਿੰਨੇ ਪੈਸੇ ਲਾਏ ਜਾ ਰਹੇ ਨੇ। ਜਿਹੜੇ ਕਿਸਾਨ ਨੇ, ਕਿਸਾਨਾਂ ਸਿਰ ਤਾਂ ਕਰਜ਼ਾ ਹੀ ਬਹੁਤ ਥੋੜ੍ਹਾ ਹੈ, ਵੀ ਉਹ ਸਾਰਾ ਕਰਜ਼ਾ ਜਿਹੜਾ ਕਿਸਾਨਾਂ ਦਾ ਉਹ ਸਰਕਾਰ ਨੂੰ ਮਾਫ਼ ਕਰਨਾ ਚਾਹੀਦਾ ਹੈ। ਦਿੱਲੀ ਅੰਦੋਲਨ ਵੇਲੇ ਕਿਸਾਨਾਂ ਸਿਰ ਮੜੇ ਪੁਲਿਸ ਕੇਸ ਉਹ ਸਾਰੇ ਰੱਦ ਕਰਨੇ ਚਾਹੀਦੇ ਨੇ। ਇਹ ਸਾਡੀਆਂ ਮੰਗਾਂ ਨੇ। ਬਾਕੀ ਅਸੀਂ ਇਸ ਤੋਂ ਬਾਅਦ ਅਸੀਂ 6 ਤਰੀਕ ਤੋਂ 10 ਤਰੀਕ ਤੱਕ ਜਿਹੜਾ ਧਰਨਾ ਹੋ DC ਦਫ਼ਤਰਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅਸੀਂ ਲਾ ਰਹੇ ਹਾਂ, ਕਿਉਂਕਿ ਉਹ ਸਾਡੀਆਂ ਮੰਗਾਂ ਨੇ, ਇਹੀ ਮੰਗਾਂ ਨੇ ਜੋ ਅਸੀਂ ਬੋਲ ਕੇ ਦੱਸੀਆਂ ਨੇ ਵੀ ਇਹ ਮੰਗਾਂ ਨੇ ਜਿਹੜੀਆਂ ਸਾਡੀਆਂ ਲਾਗੂ ਹੋਣੀਆਂ ਚਾਹੀਦੀਆਂ ਨੇ। ਜੇ 6 ਤੋਂ ਲੈ ਕੇ 10 ਤੱਕ ਅਸੀਂ ਧਰਨਾ ਸਰਕਾਰ ਦੇ ਉੱਤੇ ਲਾਵਾਂਗੇ, ਤਾਂ ਕਿ ਜਿਹੜੀਆਂ ਪੰਜਾਬ ਦੀ ਸਰਕਾਰ ਹੈ ਇਸ ਨੂੰ ਵੀ ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਤੇਰੇ ਨਾਲ ਵਾਅਦੇ ਕੀਤੇ ਕਰਕੇ ਆਏ ਲੋਕਾਂ ਦੇ ਨਾਲ ਉਹ ਸਾਰੇ ਵਾਅਦੇ ਪੂਰੇ ਹੋਣੇ ਚਾਹੀਦੇ ਨੇ। ਜੇ ਵਾਅਦੇ ਨਹੀਂ ਪੂਰੇ ਕਰੇਗਾ ਤਾਂ ਅਸੀਂ ਇਹ ਚੰਡੀਗੜ੍ਹ ਦੇ ਵਿੱਚ ਧਰਨਾ 10 ਤੋਂ ਬਾਅਦ ਅਸੀਂ ਐਲਾਨ ਕਰਾਂਗੇ। ਕਿੰਨੇ ਟਰੈਕਟਰਾਂ ਦੀ ਗਿਣਤੀ ਹੈ ਅੱਜ? ਸਾਡੇ ਟਰੈਕਟਰਾਂ ਦੀ ਗਿਣਤੀ 90 ਤੋਂ ਲੈ ਕੇ 100 ਤੱਕ ਹੈਗੀ ਹੈ। ਮੈਂ ਦਰਸ਼ਨ ਸਿੰਘ ਕਿਲਾ ਹਕੀਮ ਹਾਂ, ਮੀਤ ਪ੍ਰਧਾਨ ਬਲਾਕ ਧੂਰੀ। ਅਤੇ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਸਾਡਾ ਜੋ ਲੋਕ ਜਗਾਊ ਰੈਲੀ ਹੈ, ਅਤੇ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਅਸੀਂ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਸੂਬਾ ਸਰਕਾਰ ਵਾਲੀਆਂ ਨੇ ਜਿਹੜੀਆਂ ਸੰਬੰਧਿਤ ਮੰਗਾਂ ਨੇਗੀਆਂ ਉਹਦੇ ਸੰਬੰਧ ਦੇ ਵਿੱਚ DC ਦਫ਼ਤਰ ਸੰਗਰੂਰ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ। ਪੂਰੇ ਪੰਜਾਬ ਦੇ ਵਿੱਚ ਇਹ 19-20 ਜ਼ਿਲ੍ਹਿਆਂ ਦੇ ਵਿੱਚ ਇਹ ਮੋਰਚਾ ਲੱਗੂਗਾ, ਅਤੇ ਖੇਤੀ ਨੀਤੀ ਆ ਜਿਹੜੀ ਉਹ ਲੋਕ ਪੱਖੀ ਹੋਵੇ। ਜਦਕਿ ਜਿਹੜੀਆਂ ਸਰਕਾਰਾਂ ਨੇ ਇਹ ਕਹਿੰਦੀਆਂ ਨੇ ਵੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀ, ਖੇਤੀ ਨੀਤੀ ਤਿਆਰ ਕਰਨੀ ਚਾਹੁੰਦੇ ਨੇ, ਜਿਵੇਂ 20-30 ਹਜ਼ਾਰ ਕਿੱਲੇ ਦੇ ਫਾਰਮ ਜਾਂ 50-50 ਹਜ਼ਾਰ ਕਿੱਲੇ ਦੇ ਫਾਰਮ ਇਹ ਅਮਰੀਕਾ ਕੰਨਿਓ, ਕਨੇਡਾ ਕੰਨਿਓ ਉੱਧਰੋਂ ਸੇਧ ਲੈਂਦੀਆਂ ਨੇ ਵੀ ਕਿਹੋ ਜਿਹੀ ਖੇਤੀ ਨੀਤੀ ਹੋਵੇ। ਅਸੀਂ ਕਹਿੰਦੇ ਹਾਂ ਵੀ ਇੱਥੇ ਕਾਣੀ ਵੰਡ ਖਤਮ ਹੋਵੇ, 17.5 ਕਿੱਲਿਆਂ ਤੋਂ ਉੱਪਰ ਨਿਕਲਦੀ ਜ਼ਮੀਨ ਆ ਜਿਹੜੀ ਉਹ ਲੋਕਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ 'ਚ ਵੰਡੀ ਜਾਵੇ।
ਕਿਸੇ ਵੀ ਕਿਸਾਨ ਮਜ਼ਦੂਰ ਸਿਰ ਕਰਜ਼ਾ ਨਾ ਹੋਵੇ, MSP 'ਤੇ ਗਰੰਟੀ ਕਾਨੂੰਨ ਬਣਾਇਆ ਜਾਵੇ। ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਤੇ ਆਪਣਾ ਜਿਹੜਾ ਮੋਰਚਾ ਹੋਊਗਾ ਅਤੇ ਉਹਦੀ ਵੀ ਤਿਆਰੀ ਹੈ। 6 ਤਰੀਕ ਤੋਂ 10 ਤਰੀਕ 'ਤੇ DC ਦਫ਼ਤਰ ਅੱਗੇ 5 ਦਿਨ ਦਾ ਪੱਕਾ ਮੋਰਚਾ ਖੋਲ੍ਹਿਆ ਜਾਊਗਾ।